ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਗੁਰਸਵਾਰੀ ਪਰਮ ਸਤਿਕਾਰਯੋਗ ਸਤਸੰਗ ਜੀਓ ਅੱਜ ਦਾਸ ਜਨੇਕ ਪਰਸੰਦਿਤ ਅਹਿਦ ਕਿਵੇਂ ਇੱਕ ਵਿਸ਼ਵ ਵਿਦਿਆਲਿਆ ਦੇ ਅੰਦਰ ਜਦੋਂ ਇੱਕ ਪ੍ਰੇਤ ਆਤਮਾ ਕੁਸੀ ਸੀ ਤਾਂ ਉਸਨੇ ਫਿਰ ਉਸ ਵਿਦਿਆਲੇ ਦੇ ਅੰਦਰ ਕਿਵੇਂ ਵਿਦਿਆਰਥੀਆਂ ਨੂੰ ਪਟਕ ਪਟਕ ਕੇ ਮਾਰਨਾ ਸ਼ੁਰੂ ਕਰ ਦਿੱਤਾ ਇਸ ਘਟਨਾ ਦਾ ਜ਼ਿਕਰ ਦਾਸ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੈਗਾ ਦੇਖੋ ਬੈਸੇ ਤਾਂ ਚਾਹੇ ਅੱਜ ਵਿਗਿਆਨਕ ਦਾ ਯੁੱਗ ਹੈਗਾ ਪਰ ਕਈ ਐਸੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਜਿਨ੍ਹਾਂ ਨੂੰ ਘਟਨਾਵਾਂ ਨੂੰ ਦੇਖ ਕੇ ਆਮ ਕਰਕੇ ਜਿਹੜੇ ਪੜ੍ਹੇ ਲਿਖੇ ਟੀਚਰ ਵੀ ਹਨ ਉਹ ਵੀ ਹੈਰਾਨ ਰਹਿ ਜਾਂਦੇ ਆ ਆਮ ਕਰਕੇ ਆਪਾਂ ਹਨਾ ਕਈਆਂ ਐਸੀਆਂ ਵੀਡੀਓ ਜਿਹੜੀਆਂ ਹੈਗੀਆਂ ਉਹ ਸਾਹਮਣੇ ਆਉਂਦੀਆਂ ਜਿਹਦੇ ਵਿੱਚ ਆਪਾਂ ਦੇਖਦੇ ਆ ਕਿ ਸਕੂਲ ਦੇ ਵਿੱਚ ਕੁਝ ਜਿਹੜੇ ਬੱਚੇ ਹੁੰਦੇ ਹਨਾ ਕੋਈ ਲਿਟਰ ਹੈ ਜਾਂ ਕੋਈ ਬੱਚੇ ਰੋ ਰਹਾ ਆ ਕੋਈ ਬੱਚੇ ਜਿਹੜੇ ਹੈ ਕੁਛ ਕਰ ਰਹੇ ਆ ਇੱਥੇ ਆ ਦੇ ਘਟਨਾਵਾਂ ਜਿਹੜੀਆਂ ਹਨ ਫਿਰ ਉੱਥੇ ਦਾ ਜਿਹੜੇ ਟੀਚਰ ਦਾ ਸਟਾਫ ਆ ਉਸ ਨੂੰ ਬੜੇ ਪਰੇਸ਼ਾਨ ਕਰਦੀਆਂ ਲੇਕਿਨ ਇਸ ਤਰ੍ਹਾਂ ਦੇ ਕਦੇ-ਕਦੇ ਇਹ ਹੋ ਜਾਈਏ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜੋ ਹੋ ਰਿਹਾ ਹੁੰਦਾ ਹੈਗਾ ਉਹਦੀ ਸਮਝ ਜਿਹੜੀ ਹੈ ਨਾ ਆਮ ਕਰਕੇ ਕਿਸੇ ਨੂੰ ਨਹੀਂ ਪੈਂਦੀ ਕਿ ਇਹ ਇਸ ਤਰ੍ਹਾਂ ਕਿਉਂ ਹੁੰਦਾ ਹੈਗਾ ਪਰ ਇਹਦੇ ਬਜਾਏ ਜਦ ਬੱਚੇ ਨੂੰ ਪੁੱਛਿਆ ਜਾਂਦਾ ਹੈਗਾ ਤਾਂ ਬਾਅਦ ਚ ਉਹ ਕਹਿੰਦੇ ਕਿ ਸਾਨੂੰ ਕੁਝ ਨਹੀਂ ਪਤਾ ਪਰ ਜਦੋਂ ਉਹਨਾਂ ਨੂੰ ਵੀਡੀਓ ਦਿਖਾਈਆਂ ਜਾਂਦੀਆਂ ਕਿ ਦੇਖੋ ਤੁਸੀਂ ਕਿਸ ਤਰ੍ਹਾਂ ਲਟਦੇ ਸੀਗੇ ਕਿਸ ਤਰ੍ਹਾਂ ਇਹ ਜਿਹੜਾ ਵਿਹਾਰ ਸਗਾ ਕਰਦੇ ਸੀਗੇ ਤਾਂ ਬੱਚੇ ਕਹਿੰਦੇ ਆ ਕਿ ਇਹਦੇ ਬਾਰੇ ਸਾਨੂੰ ਕੋਈ ਜਾਣਕਾਰੀ ਨਹੀਂ ਆ ਪਰ ਇਹਦੇ ਪਿੱਛੇ ਜਿਹੜਾ ਵਿਗਿਆਨਕ ਕਾਰਨਵਾਜ ਜਾਂ ਦੂਸਰਾ ਹੈਗਾ ਉਹ ਤਾਂ ਯਾਨੀ ਕਿ ਆਮ ਕਰਕੇ ਲੋਕਾਂ ਦੇ ਇਹੋ ਹੀ ਮੰਨਿਆ ਜਾਂਦਾ ਕਿ ਕੋਈ ਨਾ ਕੋਈ ਆਤਮਾ ਜਿਹੜੀ ਹੈ ਉਹ ਵਿਸ਼ ਬਜਾਲੇ ਚ ਦਾਖਲ ਹੁੰਦੀ ਆ ਤੇ ਸ਼ਕਤੀਸ਼ਾਲੀ ਜਿਹੜੀ ਆਤਮਾ ਹੁੰਦੀ ਹੈਗੀ ਆ ਇਹ ਫਿਰ ਆਪਣਾ ਅਪੱਧਰ ਕਰਦੀ ਆ ਤੇ ਇਹ ਪੱਤਰ ਜਿਹੜਾ ਹੈਗਾ ਇਹ ਬੱਚਿਆਂ ਦੇ ਉੱਤੇ ਜਾਂ ਕਿਸੇ ਹੋਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਹੁੰਦਾ ਹੈਗਾ ਇਸੇ ਤਰ੍ਹਾਂ ਇੱਕ ਦੀ ਕਹਾਣੀ ਜਿਹੜੀ ਸੀ ਮਹਾਂਪੁਰਖ ਦੱਸਦੇ ਸੀਗੇ ਕਿ ਇੱਕ ਹਨਾ ਧਰਮ ਸਕੂਲ ਹੈਗਾ ਜੇ ਸਕੂਲ ਦੇ ਵਿੱਚ ਧਰਮ ਦੀ ਸਿੱਖਿਆ ਦਿੱਤੀ ਜਾਂਦੀ ਆ ਤੇ ਉੱਥੇ ਦੇ ਜਿਹੜੇ ਮੇਨ ਪ੍ਰਿੰਸੀਪਲ ਵਾਓ ਸਕੂਲ ਦੇ ਉਹ ਵੀ ਜਿਹੜੇ ਪ੍ਰਿੰਸੀਪਲ ਹੈ ਉਹ ਵੀ ਬੜੇ ਭਜਨੀਕ ਆ ਦੇ ਗ੍ਰੰਥਾਂ ਦੇ ਵੇਦਾਂ ਸ਼ਾਸਤਰਾਂ ਦੀ ਵੀ ਬੜੀ ਮਾਰ ਹੈਗੇ ਆ ਉਹਨਾਂ ਨੇ ਇੱਕ ਵਾਰੀ ਦੇਖਿਆ ਕਿ ਜੋ ਘਟਨਾਵਾਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਜਾਂ ਕਿਸੇ ਗ੍ਰੰਥਾ 'ਚ ਪੜੀਆਂ ਸੁਣੀਆਂ ਸੀਗੀਆਂ ਉਹੋ ਜਿਹੀ ਘਟਨਾ ਉਹਨਾਂ ਦੇ ਸਕੂਲ ਦੇ ਵਿੱਚ ਉਸ ਤਰ੍ਹਾਂ ਹੋਈ ਜਿਉਂ ਤੇ ਸਕੂਲ ਦੇ ਜਿਹੜੇ ਬੱਚੇ ਸੀਗੇ ਹਨਾ ਉਹ ਬੱਚੇ ਜਿਹੜੇ ਸੀਗੇ ਉਪੱਦਰ ਕਰਨ ਲੱਗੇ ਜਦ ਬੱਚੇ ਉਪੱਦਰ ਕਰਨ ਲੱਗੇ ਤਾਂ ਕੋਈ ਇਸ ਤਰ੍ਹਾਂ ਦੇ ਪ੍ਰਤੀਤ ਹੋਇਆ ਕਿ ਜਿਵੇਂ ਕੋਈ ਗੁਪਤ ਸ਼ਕਤੀ ਜਿਹੜੀ ਉਹ ਬੱਚਿਆਂ ਨੂੰ ਪਟਕ-ਪਟਕੇ ਮਾਰ ਰਹੀ ਆ ਇਸ ਕਰਕੇ ਬੱਚਾਂ ਵਿੱਚ دہشت ਹੋ ਗਈ ਜੀ ਇੱਕ ਚਹਾੜਾ ਸਕੂਲ ਚ ਪੜਨਾ ਸ਼ੁਰੂ ਹੋ ਗਿਆ ਕਦੀ ਕੋਈ ਬੱਚਾ ਜਿਹੜਾ ਕਿਸੇ ਪਾਸੇ ਡਿਕੇ ਕੋਈ ਕੋਈ ਬੱਚਾ ਕਿਸੇ ਬਸੇ ਡਿਕੇ ਪਰ ਇਹਦੀ ਹਨਾ ਸਮਝ ਕਿਸੇ ਨੂੰ ਬਹੁਤੀ ਆ ਨਹੀਂ ਸੀ ਰਹੀ ਉਹਨਾਂ ਸਮਿਆਂ ਦੇ ਵਿੱਚ ਕਿ ਸਕੂਲ ਚ ਕੀ ਹੋ ਰਿਹਾ ਹੈ ਇਸ ਕਰਕੇ ਜਿਹੜੇ ਟੀਚਰ ਸਗੇ ਉਹ ਸਕੂਲ ਦੇ ਉਹਨਾਂ ਵਿੱਚ ਘਬਰਾਹਟ ਹੋਣੀ ਜ਼ਰੂਰੀ ਸੀ ਇਸ ਕਰਕੇ ਬੱਚਿਆਂ ਨੂੰ ਸੰਭਾਲਣ ਵਾਸਤੇ ਬੜੇ ਯਤਨ ਕੀਤੇ ਗਏ ਪਰ ਇਹ ਘਟਨਾ ਫਿਰ ਇੱਕ ਦਿਨ ਨਹੀਂ ਇਹ ਰੋਜ਼-ਰੋਜ਼ ਹੋਣੀ ਸ਼ੁਰੂ ਹੋ ਗਈਆਂ ਜਦ ਰੋਜ਼-ਰੋਜ਼ ਹੋਣੀ ਸ਼ੁਰੂ ਹੋ ਗਈਆਂ ਤੇ ਉੱਥੇ ਦਾ ਸਟਾਫ ਘਬਰਾ ਗਿਆ ਤੇ ਜਿਹੜੇ ਮੇਨ ਉਥੇ ਦੇ ਸਟਾਫ ਦੇ ਜੋ ਮੁੱਖ ਪ੍ਰਿੰਸੀਪਲ ਸੀਗੇ ਉਹ ਉਹਨਾਂ ਸਮੇਂ ਦੇ ਵਿੱਚ ਕਿਤੇ ਬਾਹਰ ਗਏ ਹੋਏ ਸੀ ਉਹਨਾਂ ਨੂੰ ਖਬਰ ਦਿੱਤੀ ਗਈ ਉਹ ਵੀ ਜਿਹੜਾ ਆਪਣਾ ਵਿੱਚ ਸਾਰਾ ਜਿਹੜਾ ਪ੍ਰੋਗਰਾਮ ਛੱਡ ਕੇ ਨਾ ਸਕੂਲ 'ਚ ਪਹੁੰਚੇ ਜਦ ਸਕੂਲ ਚ ਪਹੁੰਚੇ ਉਸ ਤੋਂ ਬਾਅਦ ਉਹ ਜਿਹੜੇ ਬੱਚੇ ਸਗੇ ਕਈ ਤਾਂ ਡਰ ਦੇ ਮਾਰੇ ਸਕੂਲ ਤੇ ਆਏ ਨੇ ਕਈਆਂ ਪੇਰੈਂਟਸ ਨੇ ਕੀਤਾ ਆਪਣੇ ਬੱਚਾ ਨੂੰ ਸਕੂਲ ਤੇ ਵਿੱਚ ਜਾਣਾ ਬੰਦ ਕਰ ਦਿੱਤਾ ਤਾਂ ਜੋ ਇਹ ਜੋ ਉਪਦਰ ਹੁੰਦੇ ਆ ਉਹਨਾਂ ਤੋਂ ਉਹਨਾਂ ਬੱਚਿਆਂ ਦੀ ਰੱਖਿਆ ਹੋ ਸਕੇ ਪਰ ਸਮਝ ਕਿਸੇ ਨੂੰ ਨਹੀਂ ਆਵੇ ਕਿ ਹੋ ਕੀ ਰਿਹਾ ਹੈਗਾ ਇਸ ਕਰਕੇ ਇਹ ਜਿਹੜੇ ਭਜਨੀਕ ਪ੍ਰਿੰਸੀਪਲ ਸਗੇ ਇਹਨਾਂ ਨੇ ਆਪਣੇ ਮਨ ਦੇ ਵਿੱਚ ਫਿਰ ਸੋਚਿਆ ਕਿ ਕੋਈ ਨਾ ਕੋਈ ਐਸੀ ਆਤਮਾ ਜਿਹੜੀ ਲੱਗਦਾ ਸਕੂਲ ਦੇ ਵਿਦਿਆਲੇ ਵਿੱਚ ਅੰਦਰ ਆ ਗਈ ਆ ਪਰ ਇਹ ਆਈ ਕਿਵੇਂ ਆ ਉਹ ਕਹਿੰਦੇ ਵੀ ਜਿਹੜੀ ਸੀ ਮੈਨੂੰ ਸਮਝ ਨਹੀਂ ਆਈ ਕਿ ਇਸ ਤਰ੍ਹਾਂ ਕਿਉਂ ਹੋਇਆ ਜਦ ਕਿ ਇੱਥੇ ਧਾਰਮਿਕ ਸਿੱਖਿਆ ਦਿੱਤੀ ਜਾਂਦੀ ਹੈ ਸਕੂਲ ਦੇ ਅੰਦਰ ਫਿਰ ਜਦ ਦੱਸਦੇ ਆ ਕਿ ਕੁਦਰਤੀ ਕਾਰਨ ਐਸਾ ਬਣਿਆ ਕਿ ਉਸੇ ਸਕੂਲ ਦੇ ਇੱਕ ਬੱਚੇ ਦੇ ਉੱਤੇ ਉਹ ਜਿਹੜੀ ਆਤਮਾ ਸੀਗੀ ਉਹ ਜਦ ਆਈ ਤਾਂ ਉਹ ਬੱਚਾ ਜਿਹੜਾ ਸੀਗਾ ਉਹਨੇ ਫਿਰ ਜਿਹੜੇ ਸੀਗੀ ਇਸ ਪ੍ਰਿੰਸੀਪਲ ਨੂੰ ਇਹ ਦੱਸਿਆ ਉਹ ਕਹਿਣ ਲੱਗਾ ਕਿ ਮੈਂ ਹੋਰ ਕੋਈ ਨਹੀਂ ਆ ਮੈਂ ਪ੍ਰੇਤ ਆ ਜਦ ਇੰਨੀ ਗੱਲ ਹੋਈ ਤਾਂ ਫਿਰ ਸਕੂਲ ਦੇ ਪ੍ਰਿੰਸੀਪਲ ਕਹਿਣ ਲੱਗੇ ਕਿ ਤੂੰ ਪ੍ਰੇਤ ਕੌਣ ਪ੍ਰੇਤ ਕਿਹੜਾ ਪ੍ਰੇਤ ਤਾਂ ਫਿਰ ਉਸ ਬੱਚੇ ਦੇ ਉੱਪਰ ਆਈ ਆਤਮਾ ਨੇ ਇਹ ਦੱਸਿਆ ਕਿ ਉਹ ਜਿਹੜਾ ਹੈਗਾ ਉਹ ਇਸੇ ਸਕੂਲ ਦਾ ਵਿਦਿਆਰਥੀ ਆ ਤੇ ਤੁਸੀਂ ਮੇਰੇ ਗੁਰੂਆਂ ਮੈਂ ਢੱਡੇ ਸਕੂਲ ਦੇ ਵਿੱਚ ਹੀ ਪੜਿਆ ਹੈਗਾ ਤੇ ਮੇਰਾ ਐਕਸੀਡੈਂਟ ਹੋ ਗਿਆ ਸੀ ਐਕਸੀਡੈਂਟ ਕਰਕੇ ਮੇਰੀ ਮੌਤ ਹੋ ਗਈ ਸੀ ਤਾਂ ਫਿਰ ਉਸ ਪ੍ਰੇਤ ਆਤਮਾ ਨੇ ਪ੍ਰਿੰਸੀਪਲ ਨੂੰ ਦੱਸਿਆ ਤੇ ਫਿਰ ਪ੍ਰਿੰਸੀਪਲ ਨੇ ਕਿਹਾ ਕਿ ਅਗਰ ਤੇਰੀ ਮੌਤ ਹੋ ਗਈ ਕਿਸੇ ਵੀ ਕਾਰਨ ਕਰਕੇ ਪਰ ਤੂੰ ਸਕੂਲ ਦੇ ਵਿੱਚ ਦਾਖਲ ਕਿਵੇਂ ਹੋ ਗਿਆ ਇਸ ਵਿਦਿਆਲੇ ਵਿੱਚ ਤੇਰੀ ਐਂਟਰੀ ਕਿਵੇਂ ਹੋ ਗਈ ਕਿਉਂਕਿ ਇਹ ਤਾਂ ਵਿਦਿਆਲਾ ਹੈਗਾ ਇਹ ਧਰਮ ਦੀ ਸਿੱਖਿਆ ਦਿੰਦਾ ਹੈ ਇਹਦੇ ਵਿੱਚ ਕਿਸੇ ਇਸ ਤਰ੍ਹਾਂ ਦੀ ਆਤਮਾ ਦੀ ਜਿਹੜੀ ਆ ਉਹ ਐਂਟਰੀ ਨਹੀਂ ਹੋ ਸਕਦੀ ਦਖਲ ਨਹੀਂ ਹੋ ਸਕਦਾ ਤੂੰ ਸਾਡੇ ਸਕੂਲ ਦੇ ਵਿੱਚ ਕਿਵੇਂ ਆ ਗਿਆ ਤੇ ਫਿਰ ਉਸ ਨੇ ਦੱਸਿਆ ਸੀਗਾ ਕਿ ਮੈਂ ਆਪਣਾ ਵਿਦਿਆਰਥੀ ਹੋਣ ਕਰਕੇ ਮੈਨੂੰ ਜਿਹੜੀ ਹੈ ਇਸ ਸਕੂਲ ਦੇ ਵਿੱਚ ਆਉਣ ਦੀ ਆਗਿਆ ਮਿਲ ਗਈ ਜਦ ਇਹਨੇ ਗੱਲ ਹੋਈ ਤਾਂ ਫਿਰ ਉਹ ਕਹਿਣ ਲੱਗਾ ਕਿ ਫਿਰ ਠੀਕ ਹੈ ਅਗਰ ਤੂੰ ਸਕੂਲ ਦੇ ਵਿੱਚ ਆ ਪਈ ਗਿਆ ਪਰ ਸਕੂਲ ਦੇ ਵਿੱਚ ਆ ਕੇ ਤੂੰ ਵਿਦਿਆਰਥੀਆਂ ਨੂੰ ਪਟਕ ਪਟਕੇ ਕਿਉਂ ਮਾਰਿਆ ਹੈਗਾ ਕਿਉਂ ਇੰਨਾ ਪੱਧਰ ਕੀਤਾ ਹੋਇਆ ਤਾਂ ਫਿਰ ਉਸ ਆਤਮਾ ਨੇ ਇਹ ਦੱਸਿਆ ਸਗਾ ਉਹ ਕਹਿਣ ਲੱਗਾ ਕਿ ਤੁਸੀਂ ਸਾਨੂੰ ਸਿਖਾਉਂਦੇ ਹੁੰਦੇ ਸੀਗੇ ਕਿ ਸਵੇਰ ਨੂੰ ਕਿਸ ਤਰ੍ਹਾਂ ਜਿਹੜੀ ਆ ਉਹ ਰੱਬ ਦੀ ਇਬਾਦਤ ਕਰਨੀ ਆ ਸ਼ਾਮ ਨੂੰ ਸੰਧਿਆ ਨੂੰ ਕਿਵੇਂ ਜਿਹੜਾ ਹੈਗਾ ਗੁਇਤਰੀ ਮੰਤਰ ਦੇ ਜਾਪ ਕਰਨੇ ਇਤ ਆਦਿਕ ਕਹਿੰਦੇ ਮੈਂ ਦੇਖਿਆ ਬੱਚੇ ਜਿਹੜੇ ਆ ਨਾ ਤਾਂ ਸਵੇਰ ਨੂੰ ਸਹੀ ਸੰਗਤ ਤਰੀਕੇ ਦੇ ਨਾਲ ਆਪਣੀ ਪਾਠ ਪੂਜਾ ਕਰਦੇ ਨਾ ਸ਼ਾਮ ਨੂੰ ਜਿਹੜਾ ਹੈਗਾ ਉਹ ਗੀਤਰੀ ਮੰਤਰ ਜਾਪ ਸੰਧਿਆ ਕਰਦੇ ਆ ਇਸ ਕਰਕੇ ਮੈਨੂੰ ਦੇਖਦਾ ਰਹਿੰਦਾ ਹੈਗਾ ਤੇ ਮੈਂ ਦੇਖਦਾ ਹੈ ਕਿ ਬੱਚੇ ਜਿਹੜੇ ਹੈਗੇ ਆ ਉਹ ਅੰਦਰੋਂ ਕਰਦੇ ਤਾਂ ਨਹੀਂ ਕਿ ਪਰ ਆਪ ਨੂੰ ਦੱਸ ਦਿੰਦੇ ਆ ਕਿ ਹਾਂਜੀ ਅਸੀਂ ਸਵੇਰੇ ਵੀ ਜਿਹੜਾ ਹੈਗਾ ਉਹ ਆਪਣਾ ਨੇਮ ਕਰ ਲਿਆ ਸ਼ਾਮ ਨੂੰ ਵੀ ਆਪਣੀ ਅਸੀਂ ਸੰਧਿਆ ਦੇ ਵਜੇ ਜੋ ਪਾਠ ਪੂਜਾ ਦਾ ਮੈਦਾਨੋ ਪੂਰਾ ਕਰ ਲਿਆ ਪਰ ਅਸਲ ਦੇ ਵਿੱਚ ਜਿਹੜੇ ਬਹੁਤ ਸਾਰੇ ਬੱਚੇ ਜਿਹੜੇ ਹਨ ਝੂਠ ਬੋਲਦੇ ਆ ਆਪ ਜੀ ਦੇ ਅਗੇ ਇਸ ਕਰਕੇ ਮੈਨੂੰ ਫਿਰ ਬੜਾ ਕਰੋ ਉਹ ਆ ਜਾਂਦਾ ਕਿ ਦੇਖੋ ਇਹ ਬੱਚੇ ਆਪਣੇ ਗੁਰੂ ਦੇ ਅੱਗੇ ਝੂਠ ਬੋਲਦੇ ਤੇ ਤੁਸੀਂ ਮੇਰੇ ਗੁਰੂ ਆ ਤੇ ਮੈਂ ਫਿਰ ਕ੍ਰੋਧ ਵਿੱਚ ਆ ਕੇ ਕਿਉਂਕਿ ਨਾ ਤੇ ਸੰਧਿਆ ਕਰਦੇ ਆ ਨਾ ਸਵੇਰ ਦਾ ਆਪਣਾ ਜਪ ਤਾਂ ਪੂਰਾ ਕਰਦੇ ਆ ਇਸ ਕਰਕੇ ਮੈਂ ਫਿਰ ਇਹਨਾਂ ਨੂੰ ਹਣਾ ਪਟਪਟ ਕੇ ਮਾਰਦਾ ਤੇ ਇਹਨਾਂ ਉੱਤੇ ਆਪਣਾ ਗੁੱਸਾ ਕੱਢਦਾ ਹੈਗਾ ਕਿ ਇਹ ਝੂਠ ਕਿਉਂ ਬੋਲਦੇ ਹੈਗੇ ਇਸ ਕਰਕੇ ਸਹੀ ਢੰਗ ਦੇ ਨਾਲ ਜੋ ਗੁਰੂ ਦੇ ਪਾਠ ਦਿੱਤਾ ਹੋਇਆ ਹੈਗਾ ਉਸ ਨਿਯਮ ਦੇ ਅਨੁਸਾਰ ਨਹੀਂ ਕਰਦੇ ਪਰ ਹਾਂ ਕੁਝੋ ਐਸੇ ਬੱਚੇ ਹੈਗੇ ਬਹੁਤ ਚੰਦ ਬੱਜਿਆ ਜਿਹੜੇ ਆਪਣਾ ਨੇਮ ਜਿਹੜਾ ਹੈਗਾ ਪੂਰੀ ਵਿਧੀ ਮਰਜ਼ਾਦਾ ਦੇ ਅਨਸਾਰ ਕਰਦੇ ਆ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਪਰ ਜਿਹੜੇ ਬੱਚੇ ਜਿਹੜੇ ਹੈਗਾ ਚੋਸਚ ਲੱਕੀ ਦੇ ਨਾਲ ਸੰਧਿਆ ਨਹੀਂ ਕਰਦੇ ਪਰ ਤੁਹਾਨੂੰ ਝੂਠ ਬੋਲ ਬੋਲ ਕੇ ਦੱਸਦੇ ਆ ਕਿ ਅਸੀਂ ਆਪਣਾ ਨੇਮ ਭੁੱਲਾ ਕਰ ਲਿਆ ਉਹਨਾਂ ਨੂੰ ਮੈਂ ਪਟਕ ਪਟਕੇ ਮਾਰਦਾ ਹੈਗਾ ਜਦ ਉਸ ਬੱਚੇ ਉੱਤੇ ਆਈ ਪ੍ਰੇਤ ਆਤਮਾ ਨੇ ਜਿਹੜਾ ਸੀ ਉਹ ਸਾਰਾ ਕੁਝ ਉਸ ਸਕੂਲ ਦੇ ਜਿਹੜੇ ਪ੍ਰਿੰਸੀਪਲ ਧਾਰਮਿਕ ਸੀਗੇ ਉਹਨਾਂ ਨੂੰ ਦੱਸਿਆ ਸੀ ਤੋਂ ਪ੍ਰਿੰਸੀਪਲ ਕਹਿਣ ਲੱਗੇ ਵੀ ਫੇਰ ਤਾਂ ਬਹੁਤ ਅੱਛੀ ਕਿ ਗੱਲ ਹੈਗੀ ਆ ਜਿਹੜੇ ਤੁਸੀਂ ਇਸ ਤਰ੍ਹਾਂ ਜਿਹੜਾ ਹੈਗਾ ਉਹ ਬੱਚਿਆਂ ਨੂੰ ਪਟਕ-ਪਟਕੇ ਮਾਰਦੇ ਆ ਜਿਹੜੇ ਆਪਣੇ ਨਾਮ ਦੇ ਵਿੱਚ ਪੂਰਾ ਨਹੀਂ ਉਤਰਦੇ ਪਰ ਫਿਰ ਵੀ ਕਹਿੰਦੇ ਵੀ ਤੁਸੀਂ ਇਸ ਤਰ੍ਹਾਂ ਕਰੋ ਕਰੋ ਕਿ ਇਹ ਜਿਹੜਾ ਹੈ ਨਾ ਬੱਚਿਆਂ ਨੂੰ ਪਟਕ-ਪਟਕੇ ਮਾਰਨਾ ਇਸ ਤਰ੍ਹਾਂ ਨਾ ਮਾਰਿਆ ਕਰੋ ਉਹ ਫਿਰ ਪ੍ਰੇਤਮ ਆਤਮਾ ਕਹਿਣ ਲੱਗੇ ਕਿ ਮੇਰੇ ਪਾਸ ਹੋਰ ਕੋਈ ਚਾਰਾ ਨਹੀਂ ਹੈ ਮੈਂ ਸਭ ਨੂੰ ਛੱਡ ਦਿੰਦਾ ਹੈਗਾ ਪਰ ਜਿਹੜੇ ਬੱਚੇ ਨਾਮ ਨਹੀਂ ਕਰਦੇ ਮੈਨੂੰ ਉਹਨਾਂ ਦੇ ਉੱਤੇ ਗਰੋਧ ਆ ਜਾਂਦਾ ਕਿਉਂਕਿ ਮੈਂ ਉਹਨਾਂ ਨੂੰ ਦੇਖਦਾ ਰਹਿੰਦਾ ਹੈਗਾ ਉਸ ਤੋਂ ਬਾਅਦ ਫਿਰ ਉਸ ਪ੍ਰੇਤ ਆਤਮਾ ਨੇ ਉਸ ਪ੍ਰਿੰਸੀਪਲ ਦੇ ਨਾਲ ਇਹ ਦਾਵਾ ਕੀਤਾ ਸੀਗਾ ਕਿ ਮੈਂ ਅੱਜ ਤੋਂ ਬਾਅਦ ਬੱਚਿਆਂ ਨੂੰ ਕੁਝ ਨਹੀਂ ਕਹੂੰਗਾ ਬਸ਼ਰਤੇ ਇਹ ਆ ਕਿ ਉਹ ਆਪਣਾ ਨਿਯਮ ਸਵੇਰ ਦਾ ਤੇ ਸ਼ਾਮ ਦੀ ਸੰਧਿਆ ਪੂਰੇ ਨਿਯਮ ਤੇ ਧਰਮ ਕਾਨੂੰਨ ਅਨੁਸਾਰ ਕਰਨ ਤੇ ਫਿਰ ਮੈਂ ਉਹਨਾਂ ਦੇ ਨਾਲ ਮਿੱਤਰਤਾ ਵਾਲਾ ਹਮੇਸ਼ਾ ਵਿਹਾਰ ਰੱਖਾਂਗਾ ਉਸ ਤੋਂ ਬਾਅਦ ਦੱਸਦੇ ਆ ਕਿ ਉਸ ਫਿਰ ਸਕੂਲ ਦੇ ਵਿੱਚ ਜਿਹੜੀ ਸੀ ਉਹ ਆਤਮਾ ਚਾਹੇ ਉਸੇ ਸਕੂਲ ਦੇ ਵਿੱਚ ਸੀਗੀ ਪਰ ਉਸ ਤੋਂ ਬਾਅਦ ਉਹ ਸਕੂਲ ਦੇ ਵਿੱਚ ਕਿਸੇ ਤਰ੍ਹਾਂ ਦਾ ਪਦਰ ਨਹੀਂ ਹੋਇਆ ਫਿਰ ਪ੍ਰਿੰਸੀਪਲ ਨੇ ਸਾਰੇ ਬੱਚਿਆਂ ਦੇ ਮਾਪਿਆਂ ਨੂੰ ਜਿਹੜਾ ਸੀ ਆਪਣੇ ਕੋਲ ਬੁਲਾਇਆ ਤੇ ਉਹਨਾਂ ਨੂੰ ਇਹ ਸਾਰੀ ਜਿਹੜੀ ਗੱਲਬਾਤ ਸੀ ਦੱਸੀ ਉਸ ਤੋਂ ਬਾਅਦ ਬੱਚਿਆਂ ਨੂੰ ਇਹ ਕਿਹਾ ਗਿਆ ਹੈਗਾ ਕਿ ਤੁਸੀਂ ਆਪਣਾ ਜਿਹੜਾ ਨਿਯਮ ਸਵੇਰ ਤੋਂ ਤੇ ਸ਼ਾਮ ਦੀ ਸੰਧਿਆ ਦੀ ਜੋ ਵੀ ਨਿਤਨੇਮ ਦੀ ਮਰਜ਼ਾਦਾ ਹੈਗੀ ਉਹ ਪੂਰੇ ਤਰੀਕੇ ਨਾਲ ਕਰੋ ਪੂਰੇ ਟਾਈਮ ਸ਼ੇਅਰ ਕਰੋ ਅਗਰ ਕੋਈ ਬੱਚਾ ਜਿਹੜਾ ਹੈਗਾ ਤੇ ਕੋਤਾ ਹੀ ਵਰਤੂਗਾ ਤੇ ਭਾਈ ਫਿਰ ਉਹ ਆਪਣਾ ਜਿਹੜਾ ਸਿਆਹਾ ਹੈਗੀ ਆ ਜੋ ਪ੍ਰੇਤ ਆਤਮਾ ਬੋਲੋ ਦਿੱਤੀ ਜਾਣੀ ਆ ਉਹਦਾ ਭਾਗੀ ਉਹ ਆਪ ਹੋਊਗਾ ਇਸ ਕਰਕੇ ਉਹ ਦੱਸ ਦਿਆ ਕਿ ਉਸ ਤੋਂ ਬਾਅਦ ਜਿੰਨੇ ਵੀ ਬੱਚੇ ਸਗੇ ਸਕੂਲ ਦੇ ਵਿੱਚ ਉਸ ਪ੍ਰੇਤ ਆਤਮਾ ਦੀ ਡੰਡ ਤੋਂ ਡਰਦੇ ਮਾਰੇ ਸਵੇਰ ਦੀ ਤੇ ਸ਼ਾਮ ਦੀ ਸੰਧਿਆ ਦਾ ਨੇਮ ਪੂਰੇ ਨਿਯਮ ਅਨੁਸਾਰ ਕਰਦੇ ਸੀ ਤੇ ਇਸ ਤਰ੍ਹਾਂ ਸਕੂਲ ਦੇ ਵਿੱਚ ਜੁੜ ਧਾਰਮਿਕ ਮਰਜ਼ਾਦਾ ਉਹਨਾਂ ਪ੍ਰਿੰਸੀਪਲਾਂ ਨੇ ਚਲਾਈ ਸੀ ਉਹਨਾਂ ਸਮਿਆਂ ਦੇ ਵਿੱਚ ਉਹ ਫਿਰ ਬੱਚੇ ਪੂਰੀ ਨੇਮ ਦੇ ਨਾਲ ਜਿਹੜੀ ਸੀ ਉਹ ਕਰਨ ਲੱਗ ਪਏ ਸੀ ਤੇ ਫਿਰ ਸਕੂਲ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਸੀ ਉਹ ਸ਼ਾਂਤੀ ਬਹਾਲ ਹੋ ਗਈ ਸੀ ਸੋ ਕਹਿਣ ਤੋਂ ਭਾਵੇਂ ਆ ਕਿ ਬਹੁਤ ਸਾਰੀਆਂ ਐਸੀਆਂ ਗੱਲਾਂ ਹੁੰਦੀਆਂ ਹੈ ਜਿਨ੍ਹਾਂ ਗੱਲਾਂ ਦੇ ਕੋਈ ਵਿਗਿਆਨਕ ਹੱਲ ਨਹੀਂ ਹੁੰਦਾ ਪਰ ਇਹਨਾਂ ਗੱਲਾਂ ਦੇ ਪਿੱਛੇ ਜਿਹੜੀ ਗੈਭੀ ਤਾਕਤਾਂ ਹੁੰਦੀਆਂ ਹੈਗੀਆਂ ਜਿਵੇਂ ਉਹ ਬੱਚਾ ਜੋ ਸੀ ਸਕੂਲ ਦਾ ਕਿਸੇ ਸਮੇ ਵਿਦਿਆਰਥੀ ਸੀ ਤੇ ਉਹਦੀ ਜਿਹੜੀ ਆਤਮਾ ਭਟਕ ਰਹੀ ਸੀਗੀ ਪਰ ਉਹਦਾ ਧਿਆਨ ਜਿਹੜਾ ਸੀ ਉਹ ਕੇਵਲ ਤੇ ਕੇਵਲ ਸਕੂਲ ਦੇ ਵਿੱਚ ਟਿਕਿਆ ਹੋਇਆ ਸੀਗਾ ਕਿਉਂਕਿ ਉਹ ਹੁਣ ਹਰ ਬੱਚਾ ਸੀਗਾ ਤੇ ਇਸ ਕਰਕੇ ਉਹ ਬੱਚਾ ਜਿਹੜਾ ਸੀ ਝੂਠ ਬਰਦਾਸ਼ਤ ਨਹੀਂ ਕਰ ਸਕਦਾ ਜਿਵੇਂ ਕਹ ਲੋ ਕਿ ਉਸ ਕਾਲਪੁਰਖ ਨੇ ਉਸ ਬੱਚੇ ਦੀ ਜਿਹੜੀ ਡਿਊਟੀ ਸੀ ਉਸੇ ਸਕੂਲ ਦੇ ਵਿੱਚ ਲਾ ਦਿੱਤੀ ਸੀ ਤਾਂ ਜੋ ਜਿਹੜੇ ਦੂਸਰੇ ਬੱਚੇ ਆ ਉਹ ਆਪਣੇ ਨੇਮ ਦੇ ਵਿੱਚ ਕਤਾਹੀ ਨਾ ਕਰਨ ਆਪਣੇ ਧਰਮ ਦੇ ਵਿੱਚ ਪੱਕੇ ਹੋ ਕੇ ਆਪਣੇ ਨੇਮ ਦੇ ਵਿੱਚ ਪੂਰੇ ਉਤਨ ਸੋ ਇਸ ਤਰ੍ਹਾਂ ਦੀਆਂ ਕਈ ਜਿਹੜੀਆਂ ਆਤਮਾ ਹੁੰਦੀਆਂ ਹੈਗੀਆਂ ਜਿਨ੍ਹਾਂ ਦੀਆਂ ਡਿਊਟੀਆਂ ਜਿਹੜੀਆਂ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਕਿਸੇ ਨਾ ਕਿਸੇ ਪਾਸੇ ਲੱਗ ਜਾਂਦੀਆਂ ਤੇ ਇਹੋ ਜਿਹੀਆਂ ਚੰਗੀਆਂ ਆਤਮਾ ਹੁੰਦੀਆਂ ਹੈ ਕਿਉਂਕਿ ਉਹਨਾਂ ਦੀ ਰੁਚੀ ਜਿਹੜੀ ਹੈ ਨਾ ਧਾਰਮਿਕ ਹੁੰਦੀ ਹੈ ਇਸ ਕਰਕੇ ਧਰਮ ਦੇ ਵਿੱਚ ਕੋਈ ਵੀ ਜਿਹੜੀ ਕੋਤਾਹੀ ਕੋਈ ਕਰਦਾ ਹੈਗਾ ਉਹਨਾਂ ਨੂੰ ਬਰਦਾਸ਼ਤ ਨਹੀਂ ਹੁੰਦੀ ਜਿਵੇਂ ਸਾਡੇ ਧਰਮ ਸਿੱਖ ਦੇ ਅੰਦਰ ਜਿਹੜੇ ਸ਼ਹੀਦ ਸਿੰਘ ਉਹ ਵੀ ਜਿਹੜੇ ਹੈਗੇ ਉਹ ਦੂਸਰੇ ਜਿੰਨੇ ਸਿੱਖ ਜਿਹੜੇ ਆਪਣੇ ਨੇਮ ਦੇ ਵਿੱਚ ਕਤਾਹੀ ਕਰਦੇ ਆ ਉਹਨਾਂ ਦੇ ਨਾਲ ਅਕਸਰ ਨਰਾਜ ਹੋ ਜਾਂਦੇ ਆ ਹਾਂ ਜਿਹੜੇ ਨੇਮ ਦੇ ਵਿੱਚ ਪੂਰਾ ਉੱਤਰ ਦੇ ਸਵੇਰ ਦਾ ਅੰਮ੍ਰਿਤ ਵੇਲਾ ਸੰਭਾਲਦੇ ਆ ਸ਼ਾਮ ਨੂੰ ਰਹਿਰਾ ਸਾਹਿਬ ਜਾਂ ਹੋਰ ਨੇਮ ਵਿੱਚ ਪੂਰੇ ਉੱਤਰ ਦੇ ਉੱਥੇ ਜਿਹੜੇ ਸ਼ਹੀਦ ਸਿੰਘ ਇਹ ਜਿਹੜੀਆਂ ਗੁੱਤ ਸ਼ਕਤੀਆਂ ਹੁੰਦੀਆਂ ਖੁਸ਼ ਰਹਿੰਦੀਆਂ ਹੈਗੀਆਂ ਤੇ ਫਿਰ ਉਹਨਾਂ ਦੀ ਗੈਬੀ ਸਿਹਤਾਂ ਵੀ ਕਰਦੀਆਂ ਪਰ ਜਿਹੜੇ ਆਪਣੇ ਨੇਮ ਦੇ ਵਿੱਚ ਕੱਚੇ ਹੁੰਦੇ ਆ ਤੇ ਲੇਕਿਨ ਨੇਮ ਚ ਕੱਚੇ ਹੋਣ ਤੋਂ ਬਾਅਦ ਇਹੋ ਜਿਹੇ ਜਿਹੜੇ ਹੈ ਬਾਹਰ ਦੇ ਲਵਾਸ ਦੇ ਵਿੱਚ ਦੂਸਰੇ ਗੁਰਸਿੱਖਾਂ ਨੂੰ ਭਰਮ ਭਲੇਖਾ ਪਾਉਂਦੇ ਆ ਉਹਨਾਂ ਉੱਤੇ ਇਹ ਜਿਹੜੀਆਂ ਸ਼ਹੀਦੀ ਫੌਜਾਂ ਹੁੰਦੀਆਂ ਹੈਗੀਆਂ ਇਹ ਕਈ ਵਾਰ ਜਿਹੜੀਆਂ ਹੈਗੀਆਂ ਕ੍ਰੋਧ ਤੇ ਵੀ ਹੁੰਦੀਆਂ ਤੇ ਜਦ ਇਹ ਆਪਣੇ ਕ੍ਰੋਧ ਦੇ ਵਿੱਚ ਆ ਗਏ ਉਸ ਸਿੱਖ ਦੇ ਨੂੰ ਕਈ ਤਰ੍ਹਾਂ ਦੇ ਡੰਡ ਤੇ ਸਜ਼ਾਵਾਂ ਵੀ ਦੇ ਦਿੰਦੇ ਆ ਇਸ ਕਰਕੇ ਪਾਈ ਆਪਣੇ ਨੇਮ ਦੇ ਵਿੱਚ ਸਦਾ ਪ੍ਰਪੱਕ ਰਹੋ ਕਿਉਂਕਿ ਨੇਮ ਦੇ ਵਿੱਚ ਜਿਹੜਾ ਬੰਦਾ ਪੱਕਾ ਹੋਊਗਾ ਉਹ ਆਪਣੇ ਧਰਮ ਦੇ ਵਿੱਚ ਵੀ ਪੱਕਾ ਹੋਊਗਾ ਜਿਹੜਾ ਧਰਮ ਦੇ ਵਿੱਚ ਵੀ ਪੱਕਾ ਹੋਊਗਾ ਉਹ ਦੂਸਰੀਆਂ ਭਾਈਚਾਰਾ ਸਭਾ ਸੁਸਾਇਟੀਆਂ ਵਿੱਚ ਵੀ ਜਿਹੜਾ ਹੈਗਾ ਉਹ ਉੱਤਮ ਮਨੁੱਖ ਗਿਣਿਆ ਜਾਊਗਾ ਕਲਿਆਣਕਾਰੀ ਮਨੁੱਖ ਪਰਪਕਾਰੀ ਮਨੁੱਖ ਗਿਣਿਆ ਜਾਊਗਾ ਤੇ ਇਹੋ ਜਿਹੇ ਜਿਹੜੇ ਪ੍ਰਾਣੀ ਹੈਗਾ ਉਹ ਆਪਣਾ ਸੰਸਾਰ ਦੇ ਵਿੱਚ ਭਲਾ ਕਰਨਗੇ ਤੇ ਦੂਸਿਆਂ ਦੀ ਭਲਾਈ ਵੀ ਕਰਦੇ ਹੋਏ ਸੰਸਾਰ ਤੋਂ ਜਿਹੜਾ ਹੈਗਾ ਉਹ ਯਸ਼ ਨਾਮਾ ਖੱਟ ਕੇ ਫਿਰ ਪਰਲੋਕ ਦੇ ਵਿੱਚ ਇੱਜ਼ਤ ਤੇ ਸਤਕਾਰ ਪਾਉਣਗੇ ਸੋ 10 ਇੰਨੇ ਕੋ ਵਚਨ ਹੀ ਆਪ ਸਾਰੀਆਂ ਸੰਗਤਾਂ ਨਾਲ ਸਾਂਝਾ ਕਰਦਾ ਹੋਇਆ ਖਿਮਾ ਦਾ ਜਾਚਕ ਵਾਜੀ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸੋ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ